ਇਸੇ ਪਿੰਡ ਦੇ ਵਿੱਚ ਕੁੰਮਾ ਮਾਸ਼ਕੀ ਜੋ ਕਿ ਪਿੰਡ ਦੇ ਵਿੱਚ ਮਸ਼ਕ ਦੇ ਨਾਲ ਪਾਣੀ ਲਿਆਉਣ ਦੀ ਸੇਵਾ ਵੀ ਕਰਦਾ ਹੁੰਦਾ ਸੀ। ਭਾਈ ਜਵਾਹਰ ਸਿੰਘ ਜੀ ਤੇ ਇਹਨਾਂ ਦੀ ਪਤਨੀ ਇਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਸੀ, ਸਿੱਖੀ ਦੇ ਨਾਲ ਜੋੜਦੇ ਸੀ। ਇਹਨਾਂ ਦੇ ਔਲਾਦ ਕੋਈ ਨਹੀਂ ਸੀ ਔਰ ਜਿੱਥੇ ਵੀ ਜਾਂਦੇ ਉੱਥੇ ਨਿਸ਼ਾਨ ਸਾਹਿਬ ਨਾਲ ਲੈ ਕੇ ਜਾਂਦੇ, ਝੰਡਾ ਨਾਲ ਲੈ ਕੇ ਜਾਂਦੇ। ਇਹ ਵੀ ਪ੍ਰਚਾਰ ਕਰਦੇ ਹੋਏ ਇਸ ਪਿੰਡ ਵਿੱਚ ਕੋਟ ਅਵਾਨ ਵਿੱਚ ਪਹੁੰਚੇ, ਇੱਥੇ ਕੁਝ ਸਮਾਂ ਰਹੇ ਤੇ ਇਹਨਾਂ ਦੀ ਸੰਗਤ ਕਰਨ ਵਾਸਤੇ ਕੁੰਮਾ ਮਾਸ਼ਕੀ ਤੇ ਲਕਸ਼ਮੀ ਬ੍ਰਹਮਣੀ ਵੀ ਆਉਂਦੇ ਸੀ। ਇਹ ਫਿਰ ਪੁੱਛਦਾ ਇੱਥੇ ਕਿਵੇਂ ਬੈਠੇ ਹੋ? ਮਾਤਾ ਜੀ ਕਹਿਣ ਲੱਗੇ ਐਵੇਂ ਹੀ ਬੈਠੇ ਹਾਂ। ਇਸ ਐਵੇਂ ਸ਼ਬਦ ਤੋਂ ਉਸ ਯਾਦਗਾਰ ਨੂੰ ਸੰਭਾਲ ਕੇ ਰੱਖਿਆ ਜਾਂਦਾ ਜਿੱਥੇ ਪੂਰੀ ਰਾਤ ਸਾਹਿਬਜ਼ਾਦੇ ਕੱਟਦੇ ਨੇ। ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਜਾਂਦਾ ਜੀ ਗੁਰਦੁਆਰਾ ਐਮਾ ਸਾਹਿਬ। ਲੜੀ ਨੂੰ ਜੋੜਨ ਦੇ ਲਈ ਕੌਣ ਸਨ? ਲਕਸ਼ਮੀ ਬ੍ਰਹਮਣੀ ਤੇ ਕੁੰਮਾ ਮਾਸ਼ਕੀ ਜੀ। ਅਸੀਂ ਪਹੁੰਚਦੇ ਹਾਂ ਜੀ ਉਹਨਾਂ ਦੇ ਪਿੰਡ ਸਰਸਾ ਨੂੰ ਪਾਰ ਕਰਕੇ, ਕਿਉਂਕਿ ਅਸੀਂ ਖੜੇ ਹਾਂ ਕੁੰਮਾ ਮਾਸ਼ਕੀ, ਪਰ ਸਾਨੂੰ ਉਸ ਪਿੰਡ ਜਾਣਾ ਪੈਣਾ ਤੇ ਉਸ ਪਿੰਡ ਦੇ ਜਾਣ ਦੇ ਲਈ ਸਰਸਾ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਸੀ, ਰਸਤਾ ਨਹੀਂ ਮੌਜੂਦ ਹੈ। ਸਾਨੂੰ ਰੋਪੜ ਹਾਈਵੇ ਤੇ ਹੁੰਦਿਆਂ ਹੋਇਆਂ ਗੁਰਦੁਆਰਾ ਪਰਿਵਾਰ ਵਿਛੋੜਾ, ਪਰਿਵਾਰ ਵਿਛੋੜੇ ਤੇ ਨਹਿਰ ਨੂੰ ਪਾਰ ਕਰਦਿਆਂ ਹੋਇਆਂ ਆਸਪੁਰ ਕੋਟਾ, ਉਦੋਂ ਬਾਅਦ ਪਿੰਡ ਆਉਂਦਾ ਜੀ ਪਿੰਡ ਕੋਟ ਅਵਾਨ। ਕੋਟ ਅਵਾਨ ਪਿੰਡ ਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੇ ਹਾਂ। ਹੁਣ ਖੇਤਾਂ ਦੇ ਵਿੱਚ ਪਹੁੰਚਣ ਦਾ ਕਾਰਨ ਕੀ ਸੀ? ਕਿਉਂਕਿ ਇਹ ਪਿੰਡ ਇੱਕ ਵਾਰ ਨੀ, ਦੋ ਵਾਰ ਨੀ, ਤੀਜੀ ਵਾਰ ਵਸਿਆ ਹੈ, ਪਰ ਇੱਥੇ ਹੁਣ ਕੋਟ ਅਵਾਨ ਪਿੰਡ ਨਹੀਂ ਹੈ। ਅਵਾਨ ਜਾਤੀ ਦੇ ਮੁਸਲਮਾਨਾਂ ਵੱਲੋਂ ਇਹ ਪਿੰਡ ਬਣਾਇਆ ਗਿਆ ਸੀ, ਇੱਥੇ ਕਿਲ੍ਹਾ ਉਸਾਰਿਆ ਗਿਆ ਸੀ। ਇਸ ਪਿੰਡ ਨੂੰ ਕਹਿੰਦੇ ਸੀ ਕੋਟ ਅਵਾਨ, ਇੱਥੇ ਇੱਕ ਕਿਲ੍ਹਾ ਹੁੰਦਾ ਸੀ, ਇਸੇ ਕਿਲ੍ਹੇ ਦੇ ਨਾਲ ਲੱਗਦਾ ਪਿੰਡ ਵਸਿਆ ਹੋਇਆ ਸੀ। ਇਸੇ ਪਿੰਡ ਦੇ ਵਿੱਚ ਕੁੰਮਾ ਮਾਸ਼ਕੀ ਜੋ ਕਿ ਪਿੰਡ ਦੇ ਵਿੱਚ ਮਸ਼ਕ ਦੇ ਨਾਲ ਪਾਣੀ ਲਿਆਉਣ ਦੀ ਸੇਵਾ ਵੀ ਕਰਦਾ ਹੁੰਦਾ ਸੀ, ਤੇ ਜਿਹੜੀ ਲਕਸ਼ਮੀ ਬ੍ਰਹਮਣੀ ਹੈ ਉਹ ਵੀ ਇਸ ਪਿੰਡ ਦੇ ਵਿੱਚ ਵਿਆਹੀ ਹੋਈ ਸੀ। ਹੁਣ ਇਤਿਹਾਸ ਨੂੰ ਹੋਰ ਪਿੱਛੇ ਲੈ ਕੇ ਚੱਲਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀਆਂ 22 ਮੰਜੀਆਂ ਸਥਾਪਿਤ ਕੀਤੀਆਂ ਸੀ, ਉਹਨਾਂ 22 ਮੰਜੀਆਂ ਵਿੱਚੋਂ ਇੱਕ ਮੰਜੀ ਸੀ ਗੰਗਦਾਸ ਨੂੰ ਮਿਲੀ ਹੋਈ। ਗੰਗਦਾਸ ਦਾ ਪੁੱਤਰ ਹੋਇਆ ਰਾਮਦਾਸ, ਰਾਮਦਾਸ ਦਾ ਪੁੱਤਰ ਹੋਇਆ ਰਮਾਣਾ, ਰਮਾਣਾ ਦਾ ਪੁੱਤਰ ਹੋਇਆ ਭਾਈ ਜਵਾਹਰ ਜੀ। ਭਾਈ ਜਵਾਹਰ ਜੀ ਵੀ ਪ੍ਰਚਾਰ ਕਰਦੇ ਸੀ। ਭਾਈ ਜਵਾਹਰ ਜੀ ਨੇ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾ ਕੇ ਖੰਡੇ ਬਾਟੇ ਦੀ ਦਾਤ ਲੈ ਕੇ ਅੰਮ੍ਰਿਤ ਛਕ ਲਿਆ ਸੀ। ਭਾਈ ਜਵਾਹਰ ਸਿੰਘ ਜੀ ਤੇ ਇਹਨਾਂ ਦੀ ਪਤਨੀ ਇਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਸੀ, ਸਿੱਖੀ ਦੇ ਨਾਲ ਜੋੜਦੇ ਸੀ। ਇਹਨਾਂ ਦੇ ਔਲਾਦ ਕੋਈ ਨਹੀਂ ਸੀ ਔਰ ਜਿੱਥੇ ਵੀ ਜਾਂਦੇ ਉੱਥੇ ਨਿਸ਼ਾਨ ਸਾਹਿਬ ਨਾਲ ਲੈ ਕੇ ਜਾਂਦੇ, ਝੰਡਾ ਨਾਲ ਲੈ ਕੇ ਜਾਂਦੇ। ਇਹ ਵੀ ਪ੍ਰਚਾਰ ਕਰਦੇ ਹੋਏ ਇਸ ਪਿੰਡ ਵਿੱਚ ਕੋਟ ਅਵਾਨ ਵਿੱਚ ਪਹੁੰਚੇ, ਇੱਥੇ ਕੁਝ ਸਮਾਂ ਰਹੇ ਤੇ ਇਹਨਾਂ ਦੀ ਸੰਗਤ ਕਰਨ ਵਾਸਤੇ
ਕੁੰਮਾ ਮਾਸ਼ਕੀ ਤੇ ਲਕਸ਼ਮੀ ਬ੍ਰਹਮਣੀ ਵੀ ਆਉਂਦੇ ਸੀ, ਜਿੱਥੋਂ ਇਹਨਾਂ ਨੂੰ ਪਤਾ ਲੱਗਦਾ ਇਤਿਹਾਸ ਦਾ ਗੁਰੂਆਂ ਦੇ ਨਾਲ ਪ੍ਰੇਮ ਜਾਗ ਜਾਂਦਾ ਹੈ ਤੇ ਕਿੱਡੀ ਵੱਡੀ ਕੁਰਬਾਨੀ ਕਰਦੇ ਨੇ ਬਾਅਦ ਵਿੱਚ। ਹੁਣ ਇਹੀ ਲਕਸ਼ਮੀ ਬ੍ਰਹਮਣੀ ਨੇ ਪ੍ਰਸ਼ਾਦਾ ਛਕਾਇਆ ਸੀ, ਇਹ ਉਹਨਾਂ ਦਾ ਪਿੰਡ ਸੀ, ਇੱਥੇ ਹੀ ਅੱਜ ਪਿੰਡ ਮੌਜੂਦ ਨਹੀਂ ਹੈ। 2022 ਦੇ ਵਿੱਚ ਇਹਦੀ ਖੋਜ ਕੀਤੀ ਗਈ, ਸੁਰਿੰਦਰ ਸਿੰਘ ਜੀ ਖਾਲਸਾ ਪਿੰਡ ਖਜੂਰਲਾ ਦੇ ਰਹਿਣ ਵਾਲਿਆਂ ਨੇ ਬਾਅਦ ਵਿੱਚ ਇਹ ਅਸਥਾਨ ਬਣਾਇਆ। ਅੱਜ ਵੀ ਇਹ ਜ਼ਮੀਨ ਜਿਹੜੀ ਹੈ ਉਹ ਕੋਟ ਅਵਾਨ ਪਿੰਡ ਦੇ ਨਾਮ ਬੋਲਦੀ ਹੈ। ਬਾਅਦ ਵਿੱਚ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਆਉਂਦੇ ਨੇ ਇਸ ਪਿੰਡ ਦੇ ਵਿੱਚ ਤੇ ਇਸ ਕਿਲੇ ਨੂੰ ਫਤਿਹ ਕਰਦੇ ਨੇ। ਕਿਲੇ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਦਾ ਕਿ ਕੁੰਮੇ ਮਾਸ਼ਕੀ ਨੇ ਇੱਕ ਬਹੁਤ ਵੱਡੀ ਸੇਵਾ ਨਿਭਾਈ ਹੈ ਤੇ ਇਹ ਕੁੰਮਾ ਮਾਸ਼ਕੀ ਜਿਹੜਾ ਹਿੰਦੂ ਧਰਮ ਦੇ ਵਿੱਚੋਂ ਜ਼ਬਰਦਸਤੀ ਧਰਮ ਬਦਲ ਕੇ ਇਸਲਾਮ ਧਰਮ ਵਿੱਚ ਆਇਆ, ਇਹਨੇ ਬੇਨਤੀ ਕੀਤੀ ਬੰਦਾ ਸਿੰਘ ਬਹਾਦਰ ਨੂੰ ਕਿ ਮੈਨੂੰ ਵੀ ਸਿੰਘ ਸਜਾਓ। ਫਿਰ ਇਸ ਪਿੰਡ ਦੇ ਵਿੱਚ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ ਗਈ, ਉਹਦੇ ਵਿੱਚ ਕੁੰਮਾ ਮਾਸ਼ਕੀ ਖੰਡੇ ਬਾਟੇ ਦੀ ਦਾਤ ਲੈ ਕਰਕੇ ਸਰਦਾਰ ਕਰਮ ਸਿੰਘ ਸੱਜ ਜਾਂਦਾ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕੇ ਸਿੱਖੀ ਮੁਹਿੰਮਾਂ ਦੇ ਵਿੱਚ ਲੜਦਾ ਹੋਇਆ ਇਹ ਵੀ ਸ਼ਹੀਦ ਹੋ ਜਾਂਦਾ। ਕਿੱਡੀ ਵੱਡੀ ਕੁਰਬਾਨੀ ਸੀ ਮਾਤਾਵਾਂ ਨੂੰ ਦੁੱਧ ਪਿਲਾਉਣਾ, ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਕਰਨੀ, ਬਾਅਦ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਸ਼ਹੀਦੀ ਵੀ ਪ੍ਰਾਪਤ ਕਰ ਜਾਣੀ। ਇਹ ਕੁੰਮੇ ਮਾਸ਼ਕੀ ਦਾ ਇਤਿਹਾਸ ਆ। ਇਸ ਜਗ੍ਹਾ ਦੇ ਉੱਤੇ ਆਪ ਜੀ ਦਰਸ਼ਨ ਕਰ ਰਹੇ ਹੋ, ਗੁਰਦੁਆਰਾ ਸਾਹਿਬ ਹਲੇ ਨਵਾਂ ਬਣ ਰਿਹਾ ਜੀ, ਬਹੁਤ ਘੱਟ ਸੰਗਤ ਨੂੰ ਪਤਾ ਹੈ। ਇਹ ਵੀ ਇੱਕ ਇਤਿਹਾਸ ਦੀ ਲੜੀ ਹੈ ਕਿਉਂਕਿ ਕੁਲਵੀਰ ਸਿੰਘ ਜੀ ਮੁਸ਼ਕਾਬਾਦ, ਦਾਸ ਭਗਵਾਨ ਸਿੰਘ ਖੋਜੀ ਇਸ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕੀਤੇ। ਸਾਡਾ ਮਕਸਦ ਹੈ ਕਿ ਆਪ ਜੀ ਤੱਕ ਜਿਹੜਾ ਇਤਿਹਾਸ ਪਹੁੰਚਾਉਣਾ, ਉਹਦੇ ਨਾਲ ਇਨਸਾਫ ਕਰਨਾ ਔਰ ਸਹੀ ਜਾਣਕਾਰੀ ਸਹੀ ਤੱਥਾਂ ਦੇ ਨਾਲ ਆਪ ਜੀ ਨੂੰ ਜਾਣੂ ਕਰਵਾਉਣਾ। ਚੱਲਦੇ ਹਾਂ ਜੀ ਅਗਲੀ ਲੜੀ ਵਿੱਚ, ਸ਼ੁਰੂ ਕਰਦੇ ਹਾਂ ਛੋਟੇ ਸਾਹਿਬਜ਼ਾਦੇ ਅੱਗੇ ਕਿੱਥੇ ਚੱਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸਤਾਨ ਸਫਰੇ ਸ਼ਹਾਦਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁੰਮਾ ਮਾਸ਼ਕੀ ਜੀ ਦੀ ਝੋਂਪੜੀ ਦੇ ਵਿੱਚੋਂ ਗੰਗੂ ਮਾਤਾ ਗੁਜਰੀ ਜੀ ਨੂੰ, ਵੱਡੇ ਬਾਬਾ ਜ਼ੋਰਾਵਰ ਸਿੰਘ ਜੀ, ਛੋਟੇ ਬਾਬਾ ਫਤਿਹ ਸਿੰਘ ਜੀ ਨੂੰ ਨਾਲ ਲੈ ਕੇ ਕਾਇਨੌਰ ਆ ਜਾਂਦਾ ਕਿ ਕਾਇਨੌਰ ਤੋਂ ਗੰਗੂ ਆਪਣੇ ਪਿੰਡ ਸਿਹੜੀ ਆਪਣੇ ਘਰ ਲੈ ਜਾਂਦਾ ਜਾਂ ਫਿਰ ਕਿਤੇ ਹੋਰ ਰੱਖਦਾ ਹੈ। ਆਓ ਆਪਾਂ ਇਤਿਹਾਸ ਨੂੰ ਜਾਣੀਏ। ਕਾਇਨੌਰ ਤੋਂ ਚੱਲ ਕੇ ਗੰਗੂ ਕਹਿਣ ਲੱਗਿਆ, ਮਾਤਾ ਜੀ ਚਲੋ ਮੇਰੇ ਘਰ ਚੱਲਦੇ ਹਾਂ। ਪਰ ਤਕਰੀਬਨ 1.5 ਕਿਲੋਮੀਟਰ 'ਤੇ ਗੰਗੂ ਦਾ ਘਰ ਹੋਵੇ, ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਗੰਗੂ ਘਰ ਨਾ ਲੈ ਕੇ ਜਾਵੇ, ਇਹਦੇ ਵਿੱਚ ਪਤਾ ਲੱਗ ਜਾਂਦਾ ਕਿ ਗੰਗੂ ਦੀ ਮਨਸ਼ਾ ਕੀ ਹੈ। ਸਵੇਰ ਨੂੰ ਸਾਹਿਬਜ਼ਾਦਿਆਂ ਨੂੰ ਘਰ ਲਿਆ ਸਕਦਾ ਸੀ ਪਰ ਨਾ ਲੈ ਕੇ ਆਇਆ, ਕਦੇ ਰੋਪੜ ਵਾਲੇ ਪਾਸੇ, ਕਦੇ ਕਿਸੇ ਪਾਸੇ, ਕਦੇ ਜਾ ਕੇ ਮਾਤਾ ਨੂੰ ਬਹਾਨੇ ਲਾਉਂਦਾ ਕਿ ਮਾਤਾ ਜੀ ਇੱਧਰ ਵੀ ਮੁਗਲ ਉਤਰੇ ਹੋਏ ਨੇ, ਇੱਧਰ ਦੁਸ਼ਮਣ ਆਏ ਹੋਏ ਨੇ, ਮਾਤਾ ਜੀ ਗੁੱਸੇ ਵੀ ਹੁੰਦੇ ਨੇ। ਆਖਰ ਇਹ ਵੇਖਦਾ ਮੌਕਾ ਕਿੱਥੇ ਮਿਲੇ, ਇਹ ਪਿੰਡ ਦੇ ਅੰਦਰ ਨਹੀਂ ਲੈ ਕੇ ਜਾਂਦਾ, ਅਸੀਂ ਜਿਸ ਜਗ੍ਹਾ ਦੇ ਉੱਤੇ ਖੜ੍ਹੇ ਹਾਂ ਪਿੰਡ ਤੋਂ ਬਾਹਰ
ਇਸ ਜਗ੍ਹਾ ਦੇ ਉੱਤੇ ਇੱਕ ਸੰਘਣਾ ਜੰਗਲ ਸੀ। ਇਹਨੇ ਵੇਖਿਆ ਕਿ ਅੱਜ ਦੀ ਰਾਤ ਮੈਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਇੱਥੇ ਕਟਾ ਦਿੰਦਾ। ਫਿਰ ਕੀ ਹੋਇਆ ਜੇ ਇਹ ਅੱਠ ਪੋਹ ਨੂੰ ਨਹੀਂ ਸੁੱਤੇ, ਫਿਰ ਕੀ ਹੋਇਆ ਜੇ ਮੇਰਾ ਮੌਕਾ ਨਹੀਂ ਲੱਗ ਸਕਿਆ। ਅੱਜ ਦੀ ਰਾਤ ਨੂੰ ਪਿੰਡੋਂ ਬਾਹਰ ਇਸ ਜਗ੍ਹਾ 'ਤੇ ਇਹਨਾਂ ਦੇ ਕੋਲੋਂ ਖਜ਼ਾਨਾ ਖੋਹ ਕੇ ਇਹਨਾਂ ਨੂੰ ਕਿਸੇ ਹੋਰ ਦਿਸ਼ਾ ਵੱਲ ਤੋਰ ਦੇਵਾਂਗਾ ਅਤੇ ਮੈਂ ਖਜ਼ਾਨਾ ਲੈ ਕੇ ਆਪਣੇ ਘਰ ਚਲੇ ਜਾਵਾਂਗਾ। ਕਿਉਂ? ਇਹਦੀ ਅੱਖ ਉਸ ਮਾਇਆ ਵਾਲੀ ਖੁਰਜੀ ਦੇ ਉੱਤੇ ਹੈ। ਮਾਤਾ ਜੀ ਨੂੰ ਇਸ ਜਗ੍ਹਾ 'ਤੇ ਜੰਗਲ ਦੇ ਵਿੱਚ, ਇਹ ਪਿੱਛੇ ਇੱਕ ਸਥਾਨ ਵੇਖ ਰਹੇ ਹੋ, ਇੱਥੇ ਇੱਕ ਝੋਪੜੀ ਹੁੰਦੀ ਸੀ। ਸਾਧੂ ਹੈ ਨਹੀਂ ਸੀ ਮੌਜੂਦ, ਇਸ ਝੋਪੜੀ ਦੇ ਵਿੱਚ ਬਿਠਾ ਕੇ ਗੰਗੂ ਕਹਿਣ ਲੱਗਿਆ, ਮਾਤਾ ਜੀ ਮੈਂ ਤੁਹਾਨੂੰ ਘਰ ਲੈ ਜਾਂਦਾ ਪਰ ਪਹਿਲਾਂ ਮੈਂ ਆਪਣੇ ਘਰ ਦਾ ਜਾਇਜ਼ਾ ਲੈ ਕੇ ਆ ਜਾਵਾਂ। ਇਹਦੇ ਮਨ ਵਿੱਚ ਸੀ ਕਿ ਘਰੋਂ ਲੇਟ ਆਵਾਂਗਾ, ਕਹਿ ਦੇਵਾਂਗਾ ਕਿ ਮੁਗਲ ਮੇਰੇ ਘਰ ਦੇ ਆਲੇ ਦੁਆਲੇ ਘੁੰਮ ਰਹੇ ਨੇ, ਅੱਜ ਰਾਤ ਇੱਥੇ ਕੱਟ ਲਈਏ ਆਪਾਂ ਨੂੰ। ਆਖਰ ਜਦੋਂ ਘਰੋਂ ਵਾਪਸ ਆਉਂਦਾ, ਉਦੋਂ ਪਹਿਲਾਂ ਉਹ ਸਾਧੂ, ਉਹ ਫਕੀਰ ਜਿਹੜਾ ਇੱਥੇ ਕੁਟੀਆ 'ਚ ਰਹਿੰਦਾ, ਉਹ ਮਾਤਾ ਜੀ ਨੂੰ ਆ ਕੇ ਵੇਖਦਾ, ਨਾਲ ਛੋਟੇ ਬੱਚੇ ਨੇ। ਹੁਣ ਸਵਾਲ ਕਰਦਾ, ਪੁੱਛਦਾ, ਮਾਤਾ ਜੀ ਕੌਣ ਹੋ, ਇੱਥੇ ਕਿਵੇਂ ਆਏ ਹੋ? ਤਾਂ ਮਾਤਾ ਜੀ ਅੱਗੋਂ ਬਚਨ ਕਰਦੇ ਨੇ, ਭਾਈ ਐਵੇਂ ਹੀ ਬੈਠੇ ਹਾਂ। ਇਹ ਫਿਰ ਪੁੱਛਦਾ, ਇੱਥੇ ਕਿਵੇਂ ਬੈਠੇ ਹੋ? ਮਾਤਾ ਜੀ ਕਹਿਣ ਲੱਗੇ, ਐਵੇਂ ਹੀ ਬੈਠੇ ਹਾਂ। ਇਸ ਐਵੇਂ ਸ਼ਬਦ ਤੋਂ, ਜੋ ਇਸ ਅਸਥਾਨ ਦੀ ਖੋਜ ਹੋਣ ਤੋਂ ਬਾਅਦ ਪਤਾ ਚੱਲਦਾ, ਗੁਰਦੁਆਰਾ ਸਾਹਿਬ ਦੀ ਪ੍ਰਾਰੰਭਤਾ ਹੁੰਦੀ ਹੈ, ਉਸ ਯਾਦਗਾਰ ਨੂੰ ਸੰਭਾਲ ਕੇ ਰੱਖਿਆ ਜਾਂਦਾ ਜਿੱਥੇ ਪੂਰੀ ਰਾਤ ਸਾਹਿਬਜ਼ਾਦੇ ਕੱਟਦੇ ਨੇ। ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਜਾਂਦਾ ਜੀ, ਗੁਰਦੁਆਰਾ ਐਮਾ ਸਾਹਿਬ। ਰਾਤ 9 ਪੋਹ ਨੂੰ ਗੰਗੂ ਹੁਣ ਵੇਖਦਾ ਕਿ ਮੇਰਾ ਦਾਓ ਨਹੀਂ ਲੱਗ ਸਕਦਾ, ਕਿਉਂਕਿ ਜੇ ਮੈਂ ਇਕੱਲਾ ਹੁੰਦਾ ਤਾਂ ਇਹਨਾਂ ਦੇ ਕੋਲ ਧਨ ਦੌਲਤ ਲੈ ਕੇ ਮੈਂ ਕਿਤੇ ਨਾ ਕਿਤੇ ਚਲਿਆ ਜਾਂਦਾ, ਪਰ ਹੁਣ ਇਹ ਫਕੀਰ ਵੀ ਨਾਲ ਹੈ, ਇਹਨੂੰ ਪਤਾ ਲੱਗ ਜਾਏਗਾ। ਇਹ ਮਾਤਾ ਜੀ ਨੂੰ ਕਹਿਣ ਲੱਗਿਆ, ਮਾਤਾ ਜੀ ਹੁਣ ਤੁਸੀਂ ਐਂ ਕਰੋ, ਤੁਹਾਡਾ ਇੱਥੇ ਬੈਠਣਾ ਸਹੀ ਨਹੀਂ ਹੈ, ਆਹ ਬਿਲਕੁਲ ਨੇੜੇ ਮੇਰਾ ਘਰ ਹੈ, ਆਪਾਂ ਉੱਥੇ ਚੱਲਦੇ ਹਾਂ। ਮਾਤਾ ਨੇ ਕਿਹਾ, ਗੰਗੂਆ ਘਰ ਲੈ ਕੇ ਜਾਣਾ ਸੀ, ਇੰਨੀ ਨੇੜੇ ਘਰ ਸੀ, ਹੁਣ ਨੂੰ ਤਾਂ ਤੂੰ ਘਰ ਲੈ ਕੇ ਚੱਲਿਆ ਜਾਂਦਾ। ਇਹਦੇ ਅੰਦਰ ਬਸ ਇੱਕ ਸ਼ਰਮ ਸੀ, ਨੀਵੀਂ ਸੀ, ਕਿ ਮੈਂ ਕੀ ਕਹਾਂ, ਮੇਰੇ ਅੰਦਰ ਕਿੱਡਾ ਵੱਡਾ ਪਾਪ, ਕਿੱਡਾ ਵੱਡਾ ਚੋਰ ਛੁਪਿਆ ਬੈਠਾ, ਜੋ ਅੱਗੇ ਜਾ ਕੇ ਉਜਾਗਰ ਹੋਏਗਾ। ਆਖਰ 9 ਪੋਹ ਨੂੰ ਰਾਤ ਨੂੰ ਗੰਗੂ ਆਪਣੇ ਘਰ ਲੈ ਕੇ ਚੱਲਿਆ ਜਾਂਦਾ। ਉੱਧਰ ਦੂਜੇ ਪਾਸੇ 9 ਪੋਹ ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉੱਧਰ ਪਰਮਾਤਮਾ ਨੂੰ ਹਾਲ ਦੱਸਦੇ ਨੇ, ਇੱਧਰ ਗੰਗੂ ਪਾਪੀ 9 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਘਰ ਲੈ ਕੇ ਜਾਂਦਾ। ਕੀ ਸਾਹਿਬਜ਼ਾਦਿਆਂ ਦੇ ਨਾਲ, ਕੀ ਮਾਤਾ ਦੇ ਨਾਲ, ਕਿਹੜਾ ਭਾਣਾ ਵਾਪਰਨਾ ਹੈ? ਚੱਲਦੇ ਹਾਂ ਜੀ ਗੰਗੂ ਦੇ ਘਰ, ਪਿੰਡ ਵਿੱਚ ਜਿੱਥੇ ਇਹਦਾ ਘਰ ਹੁੰਦਾ ਸੀ। ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਐਮਾ ਸਾਹਿਬ ਜੀ ਦੇ। ਗੰਗੂ ਦੇ ਘਰ ਤੋਂ 1.25 ਕਿਲੋਮੀਟਰ ਅੰਦਰ ਆਉਂਦੇ ਹਾਂ, ਰੋਡ ਦੇ ਉੱਤੇ ਸਾਈਨ ਲਿਖਿਆ ਹੋਇਆ ਗੁਰਦੁਆਰਾ ਐਮਾ ਸਾਹਿਬ। ਗੁਰਦੁਆਰਾ ਸਾਹਿਬ ਐਮਾ ਸਾਹਿਬ ਐਂਟਰ ਹੁੰਦਿਆਂ ਹੀ ਸਾਹਮਣੇ ਦਰਬਾਰ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਦੋਨੇ ਸਾਈਡ 'ਤੇ ਪਾਰਕ ਬਣੀ ਹੋਈ ਹੈ, ਇੱਕ ਪਾਸੇ ਛੰਨ ਵਰਗੀ, ਇੱਕ ਝੋਪੜੀ ਵਰਗੀ ਇਮਾਰਤ ਬਣਾਈ ਹੋਈ ਹੈ। ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਿੱਖ ਸੰਗਤ ਇੱਥੇ ਇਕੱਠੇ ਹੁੰਦੀ ਹੈ, ਯਾਦ ਕਰਦੀ ਹੈ ਕਿਵੇਂ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦੇ ਇਸ ਜਗ੍ਹਾ 'ਤੇ ਠੰਡ ਦੇ ਦਿਨਾਂ ਦੇ ਵਿੱਚ ਭੁੱਖੇ ਭਾਣੇ ਆ ਕਰਕੇ ਬੈਠੇ ਹੋਣੇ ਨੇ। ਅੱਜ ਵੀ ਪਿੰਡ ਵਾਲੇ ਲੋਕ
ਬੜੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਨੇ ਗੁਰਦੁਆਰਾ ਐਮਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਜੀ। ਇਸ ਤੋਂ ਬਾਅਦ ਚੱਲਦੇ ਹਾਂ ਗੰਗੂ ਦੇ ਪਿੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।